ਥਾਣਾ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ, ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ 2 ਪੁਰਸ਼ ਅਤੇ 1 ਮਹਿਲਾ ਨਸ਼ਾ ਤਸਕਰ ਨੂੰ ਨਸ਼ੇ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਨਜੀਤ ਸਿੰਘ, PPS ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ, ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਦੇ ਮਹਿਲਾ ਸਹਾਇਕ ਸਬ ਇੰਸਪੈਕਟਰ ਅਮਨਦੀਪ ਕੌਰ ਵੱਲੋਂ GT ਰੋਡ ਫਿਲੌਰ ਤੋਂ ਗੁਰਿਆਂ ਨੂੰ ਜਾਂਦੀ ਸਰਵਿਸ ਲੈਣ ਨਜ਼ਦੀਕ ਤੋਂ ਕਾਰ ਬਰੀਜ਼ਾ ਨੰਬਰ PB 36K 7294 ਖੜੀ ਦਿਖਾਈ ਦਿੱਤੀ। ਜੋ ਗੱਡੀ ਨੂੰ ਚੈੱਕ ਕੀਤਾ ਤਾਂ ਗੱਡੀ ਵਿੱਚ ਬੈਠੇ ਨੌਜਵਾਨ ਗੁਰਲੀਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਢੁੱਕੇਵਾਲ ਥਾਣਾ ਮੋਰਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਔਰਤ ਨੇ ਆਪਣਾ ਨਾਮ ਬਲਵਿੰਦਰ ਕੌਰ, ਪਤਨੀ ਰਣਦੀਪ ਸਿੰਘ ਵਾਸੀ ਖਾਟੀ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ। ਜੋ ਕਾਰ ਦੀ ਤਲਾਸ਼ੀ ਕਰਨ ਤੇ ਕਾਰ ਵਿੱਚ 20 ਗ੍ਰਾਮ ਹੈਰੋਇਨ, 1 ਡਿਜੀਟਲ ਕੰਡਾ, ਲਾਈਟਰ ਬਰਾਮਦ ਹੋਏ। ਜੋ ਇਹਨਾਂ ਦੋਸ਼ੀਆਂ ਦੀ ਨਵੇਂ ਕਾਨੂੰਨ ਅਨੁਸਾਰ ਵੀਡੀਓਗ੍ਰਾਫੀ ਕੀਤੀ ਗਈ ਹੈ ਅਤੇ ਇਹਨਾਂ ਦੋਸ਼ੀਆਂ ਵੱਲੋਂ ਦੱਸੇ ਨਸ਼ਾ ਤਸਕਰ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਪ੍ਰਕਾਸ਼ ਰਾਮ ਵਾਸੀ ਪਿੰਡ ਮੁਠੱਡਾ ਕਲਾਂ ਥਾਣਾ ਫਿਲੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਕੱਦਮੇ ਵਿੱਚ ਵਾਧਾ ਜੁਰਮ 29 NDPS ਐਕਟ ਦਾ ਕੀਤਾ ਗਿਆ ਹੈ। ਜੋ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋ ਮੁੰਡਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੇਸ਼ੀ ਗੁਰਲੀਨ ਸਿੰਘ ਅਤੇ ਦੋਸ਼ਣ ਬਲਵਿੰਦਰ ਕੌਰ ਆਪਸ ਵਿੱਚ ਮਾਮੇ ਭੂਆ ਦੀ ਲੜਕੀ ਹੈ, ਜੋ ਇਹ ਦੋਨੋਂ ਜਾਣੇ ਕਾਫੀ ਸਮੇਂ ਤੋਂ ਨਸ਼ਾ ਚਿੱਟੇ ਦੇ ਸੇਵਨ ਕਰਦੇ ਆ ਰਹੇ ਹਨ ਅਤੇ ਇਸ ਦੇ ਨਾਲ ਨਾਲ ਇਹ ਨਸ਼ਾ ਵੇਚਣ ਦਾ ਧੰਦਾ ਵੀ ਕਰਦੇ ਹਨ। ਜੋ ਇਹ ਸਸਤੇ ਭਾਅ ਨਸ਼ਾ ਖਰੀਦ ਕਰਕੇ ਇਸ ਨੂੰ ਮਹਿੰਗੇ ਭਾਅ ਵੇਚਦੇ ਸੀ ਅਤੇ ਜੋ ਨਸ਼ਾ ਵੇਚ ਕੇ ਪੈਸੇ ਬਚਦੇ ਹੁੰਦੇ ਸੀ ਉਸਦਾ ਇਹ ਆਪਣੇ ਲਈ ਨਸ਼ਾ ਖਰੀਦ ਕੇ ਪੀ ਲੈਂਦੇ ਸਨ। 2 ਲੜਕਾ ਲੜਕੀ ਫੜੇ ਆ, ਕੀ ਮੈਟਰ ਆ, ਪ੍ਰੋਪਰ ਕਿੱਥੋਂ ਬਰਾਮਦੀ ਇਹਨਾਂ ਦੀ ਕੀਤੀ ਆ, ਕਿਉਂ ਕੀ ਆ ਜੀ? ਮਾਨਯੋਗ SSP ਸਾਹਿਬ ਸ਼੍ਰੀ ਅੰਕਰ ਗੁਪਤਾ ਜੀ, IPS SSP ਸਾਹਿਬ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਡਰੱਗ ਟ੍ਰਾਈਵ ਚਲਾਈ ਜਾ ਰਹੀ ਆ ਇਲਾਕੇ ਵਿੱਚ, ਥਾਣਾ ਫਲੌਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਫਲੌਰ ਦੀ ਲੇਡੀ ASI ਅਮਨਦੀਪ ਕੌਰ ਅਤੇ ਉਸ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਹਾਈਵੇ ਦੇ ਫਲੌਰ ਤੋਂ ਗਰਾਇਆਂ ਸਾਈਡ ਨੂੰ ਜਾ ਰਹੇ ਸੀ ਕਿ ਮੁਠੱਡਾ ਕਲਾਂ ਫਾਟਕ ਦੇ ਨੇੜੇ ਇੱਕ ਬਰੀਜਾ ਗੱਡੀ ਵਾਈਟ ਕਲਰ ਦੀ ਖੜੀ ਮਿਲੀ, ਜਿਸ ਨੂੰ ਚੈੱਕ ਕਰਨ 'ਤੇ ਉਸ ਵਿੱਚੋਂ ਇੱਕ ਲੜਕਾ ਔਰ ਇੱਕ ਲੜਕੀ ਜੋ ਕੋਈ ਨਸ਼ਾ ਕੰਜ਼ੂਮ ਕਰਨ ਦੀ ਤਿਆਰੀ ਵਿੱਚ ਸੀ, ਜਿਨ੍ਹਾਂ ਦੀ ਤਲਾਸ਼ੀ ਕਰਨ 'ਤੇ ਉਹਨਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਬਰੀਜਾ PB 36K 7294 ਮਿਲੀ ਆ ਔਰ ਜਿਨ੍ਹਾਂ ਦੀ ਪੁੱਛਗਿੱਛ 'ਤੇ ਇਹਨਾਂ ਨੇ ਦੱਸਿਆ ਕਿ ਉਹ ਜੋ ਬਰਾਮਦ ਹੋਇਆ ਚਿੱਟਾ ਹੈਰੋਇਨ ਕੁਲਵਿੰਦਰ ਸਿੰਘ ਉਰਫ ਕਿੰਦਾ ਸਨ ਆਫ ਰਾਮ ਪ੍ਰਕਾਸ਼ ਵਾਸੀ ਪਿੰਡ ਮਠੱਡਾ ਕਲਾਂ ਥਾਣਾ ਫਲੌਰ ਪਾਸੋਂ ਲੈ ਕੇ ਆਏ ਆ ਔਰ ਉਸਨੂੰ ਵੀ ਅਸੀਂ ਇਮੀਜੀਏਟ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੋ ਇਹ ਲੜਕਾ ਉਸਨੇ ਆਪਣੀ ਪਛਾਣ ਗੁਰਲੀਨ ਸਿੰਘ ਸਨ ਆਫ ਸਤਨਾਮ ਸਿੰਘ ਵਾਸੀ ਢੱਕੋਵਾਲ ਥਾਣਾ ਮੇਟੀਆਂ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਲੜਕੀ ਜਿਸ ਨੇ ਆਪਣਾ ਨਾਮ ਬਲਵਿੰਦਰ ਕੌਰ, ਪਤਨੀ ਰਣਦੀਪ ਸਿੰਘ ਵਾਸੀ ਖਾਟੀ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ। ਜੋ ਇਹਨਾਂ ਦੇ ਬਰਖਿਲਾਫ ਮੁਕੱਦਮਾ ਨੰਬਰ 199 Miti 22/7/24 ਅੰਡਰ ਸੈਕਸ਼ਨ 21B 61 NDPS ਐਕਟ ਥਾਣਾ ਫਲੌਰ ਰਜਿਸਟਰਡ ਕੀਤਾ ਗਿਆ, ਜਿਹਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਨੋਂ ਜਿਹੜੇ ਰਿਸ਼ਤੇਦਾਰੀ ਆ ਇਹਨਾਂ ਦੀ, ਇਹ ਜੋ ਲੜਕਾ ਗੁਰਦੀਪ ਸਿੰਘ ਆ ਔਰ ਲੜਕੀ ਬਲਵਿੰਦਰ ਕੌਰ ਇਹਦੀ ਸਖੀ ਭੂਆ ਦੀ ਬੇਟੀ ਆ ਔਰ ਇਹ ਇਕੱਠੇ ਜਿਹੜੇ ਆ ਅਡਿਕਟਡ ਨੇ, ਨਸ਼ਾ ਪੀਂਦੇ ਆ ਔਰ ਇੱਥੋਂ ਲਿਜਾ ਕੇ ਅੱਗੇ ਵੇਚਦੇ। ਕੋਈ ਪਹਿਲੇ ਮੁਕੱਦਮੇ ਇਹਨਾਂ 'ਤੇ ਨਹੀਂ, ਇਹਨਾਂ ਦਾ ਪਿਛਲਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਮਿਲਿਆ।
ਕਿੱਥੇ ਵੇਚਣਾ ਸੀਗਾ ਲਿਆ ਕੇ ਇਹਨਾਂ ਨੇ? ਇਹ ਆਪਣੇ ਉੱਧਰ ਪਿੰਡਾਂ ਵਿੱਚ ਪਵਾੜੀ ਏਰੀਏ ਵਿੱਚ ਵੇਚਦੇ। ਠੀਕ ਹੈ, ਕੁਛ ਪੀ ਲੈਂਦੇ ਆ ਕੁਛ ਵੇਚ ਲੈਂਦੇ।